ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਜ ਫੇਸਬੁੱਕ 'ਤੇ ਇੱਕ ਵੀਡੀਓ ਦੇਖੀ ਸੀ ਬੰਦਗੋਭੀ ਬਾਰੇ, ਕਿ ਉਹ ਕਹਿੰਦੇ ਸੀ ਕਿ ਪਲਾਸਟਿਕ ਦੀ ਬਣੀ ਹੁੰਦੀ ਹੈ, ਅਤੇ ਮੈਂ ਵੀ ਉਹ ਟਰਾਈ ਕਰਕੇ ਦੇਖੀ। ਮੈਂ ਤੁਹਾਨੂੰ ਦਿਖਾਉਣਾ ਅੱਜ ਫਿਰ ਤੁਸੀਂ ਕਹਿੰਦੇ ਨਾ ਬੰਦਗੋਭੀ, ਇਹਨੂੰ ਲਾਓ ਪਰਾਲੇ ਨੂੰ, ਇੱਕ ਅੱਧੇ ਨੂੰ ਛਿਲਕੇ ਨੂੰ ਲਾਓ, ਇੱਕ ਪਰਤ ਨੂੰ ਲਾ ਲਓ, ਠੀਕ ਹੈ ਜੀ। ਚਲੋ ਮਹੀਨੇ ਕੁ ਦਾ ਤੁਹਾਨੂੰ ਕਰਕੇ ਦਿਖਾਉਣਾ। ਆਹ ਦੇਖੋ, ਜਦੋਂ ਤੁਸੀਂ ਇਹਨੂੰ ਗਰਮ ਕਰਦੇ ਆ ਨਾ, ਮੈਂ ਵੀਡੀਓ ਦੇਖੀ ਸੀ ਸਵੇਰੇ ਅਤੇ ਮੈਨੂੰ ਲੱਗਾ ਕਿ ਇੱਦਾਂ ਨਹੀਂ ਹੋ ਸਕਦਾ, ਤਾਂ ਫਿਰ ਮੈਂ ਇੱਕ ਵਾਰੀ ਟਰਾਈ ਕੀਤਾ ਅਤੇ ਫਿਰ ਮੈਂ ਕਿਹਾ ਮੈਨੂੰ ਸ਼ੇਅਰ ਕਰਨਾ ਚਾਹੀਦਾ ਸਾਰਿਆਂ ਨਾਲ। ਆਹ ਦੇਖੋ, ਜੇ ਤੁਸੀਂ ਇਹਨਾਂ ਗਰਮ ਕਰਦੇ ਲੱਗ ਲਿਆ ਕਰੋ, ਜੇ ਤੁਸੀਂ ਉਹਨੂੰ ਗੈਸ 'ਤੇ ਗਰਮ ਕਰਦੇ ਆ ਉਹਦੀ ਪਰਤ ਨੂੰ, ਦੇਖੋ ਪਹਿਲਾਂ ਤਾਂ ਉਹ ਅੱਗ ਨਹੀਂ ਫੜ ਰਹੀ ਉਹ, ਠੀਕ ਹੈ, ਜਿਹੜੀ ਮਿਡਲ ਸਾਈਡ ਆ ਉਹਦੀ ਅੱਗ ਨਹੀਂ ਫੜ ਰਹੀ। ਫਿਰ ਜਦੋਂ ਥੋੜ੍ਹੀ ਜਿਹੀ ਗਰਮ ਹੋ ਜਾਂਦੀ ਹੈ, ਆਹ ਦੇਖੋ ਇਹ ਹੁਣ ਗਰਮ ਹੋ ਗਈ ਨਾ, ਇਹਨੂੰ ਖਿੱਚ ਕੇ ਦੇਖੋ, ਦੇਖੋ ਆਹ ਦੇਖੋ ਸਾਫ਼ ਦੇਖ ਰਿਹਾ, ਟੁੱਟ ਨਹੀਂ ਰਿਹਾ, ਇਹ ਦੇਖ ਰਿਹਾ ਕਿ ਪਲਾਸਟਿਕ ਹੈ ਵਿੱਚ ਜਿਹੜਾ ਗ੍ਰੀਨ ਪਾਰਟ ਉਹਦਾ, ਦੇਖੋ ਆਹ ਦੇਖੋ ਮੇਰੀ ਤੁਸੀਂ ਫਿੰਗਰ ਦੇਖ ਸਕਦੇ ਹੈ, ਸਾਫ਼ ਲੱਗ ਰਿਹਾ ਕਿ ਪਲਾਸਟਿਕ ਤੋਂ ਬਣਾਈ ਹੋਈ ਹੈ, ਕਿਉਂਕਿ ਪਲਾਸਟਿਕ ਗਰਮ ਹੋ ਗਈ ਹੈ, ਗਰਮ ਹੋਣ ਦੇ ਨਾਲ ਪਲਾਸਟਿਕ ਸਟ੍ਰੈਚ ਜੀ ਹੋ ਰਹੀ। ਦੇਖੋ ਆਹ ਦੇਖੋ ਤੁਸੀਂ ਸਾਫ਼ ਦੇਖ ਸਕਦੇ ਮੇਰੀ ਉਹ ਫਿੰਗਰ ਥੱਲਿਓ, ਮੈਂ ਪੂਰੀ ਜ਼ੋਰ ਲਾ ਕੇ ਖਿੱਚ ਰਿਹਾ ਉਹਨੂੰ, ਪਰ ਪਲਾਸਟਿਕ ਅੱਗੇ ਦੇ ਅੱਗੇ ਵਧੀ ਜਾਂਦੀ ਹੈ। ਤਾਂ ਗਾਇਸ ਪਲੀਜ਼ ਬੀ ਕੇਅਰਫੁਲ ਵਰ ਯੂ ਬਾਇੰਗ ਐਂਡ ਵਰ ਯੂ ਈਟਿੰਗ, ਕੇਅਰਫੁਲ, ਲੁੱਕ ਦਿਸ ਪਲਾਸਟਿਕ, ਲੁੱਕ ਐਟ ਦਿਸ। ਤਾਂ ਮੇਰੇ ਸਾਰਿਆਂ ਅੱਗੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜਾਣ, ਤਾਂ ਜੋ ਹੋਰ ਵੀ ਮੇਰਾ ਵੀਰ ਭਰਾ, ਮੇਰੀ ਭੈਣ ਭਰਾ ਕੋਈ ਵੀ ਆਹ ਚੀਜ਼ਾਂ ਖਾਣ ਤੋਂ ਬਚ ਸਕੇ, ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਬਿਮਾਰੀਆਂ ਆਹ ਚੀਜ਼ਾਂ ਤੋਂ ਫੈਲ ਰਹੀਆਂ। ਆਹ ਦੇਖੋ ਦੇਖੋ ਪਲਾਸਟਿਕ, ਮੇਬੀ ਤੁਸੀਂ ਸੁਣ ਨਹੀਂ ਸਕਦੇ,